ਲੋਕ ਸਭਾ ਸੀਟ ਤੋਂ ਮੁਕਾਬਲਾ ਬਹੁਤ ਹੀ ਦਿਲਚਸਪ ਬੰਦਾ ਜਾ ਰਿਹਾ। ਅੱਜ ਇੱਕ ਇਤਿਹਾਸਿਕ ਰੋਡ ਸ਼ੋਅ ਕੱਢਿਆ ਗਿਆ ਭਾਜਪਾ ਵੱਲੋਂ ਤਰਨਜੀਤ ਸਿੰਘ ਸੰਧੂ ਦੀ ਹਿਮਾਇਤ ਵਿੱਚ, ਜਿਸ ਵਿੱਚ ਹਜ਼ਾਰਾਂ ਦੀ ਗਿਣਤੀ ਵਿੱਚ ਵਰਕਰ ਸ਼ਾਮਿਲ ਹੁੰਦੇ ਹੋਏ ਵਿਖਾਈ ਦੇ ਰਹੇ ਸੀਗੇ। ਇਤਿਹਾਸਿਕ ਰੋਡ ਸ਼ੋਅ ਜਿਸ ਵਿੱਚ ਹੋਰ ਵੀ ਵੱਡੇ ਆਗੂ ਸਾਹਿਬਾਨ ਪਹੁੰਚੇ ਸੀਗੇ। ਤਾਂ ਤਰਨਜੀਤ ਸਿੰਘ ਸੰਧੂ ਸਮੁੰਦਰੀ ਨਾਲ ਗੱਲਬਾਤ ਕਰ ਲੈਂਦੇ ਹਾਂ, ਕੀ ਕਹਿਣਾ ਉਹਨਾਂ ਦਾ ਇਸ ਬਾਰੇ? ਜੀ ਸਰ, ਮੈਂ ਤੁਹਾਨੂੰ ਬਾਰ ਬਾਰ ਕਹਿ ਰਿਹਾ ਹਾਂ ਕਿ ਅੰਮ੍ਰਿਤਸਰ ਦੀ ਜਨਤਾ ਹੁਣ ਵਿਕਾਸ ਚਾਹੁੰਦੀ ਆ। ਅੰਮ੍ਰਿਤਸਰ ਦੀ ਜਨਤਾ ਨੂੰ ਪਤਾ ਆ ਕਿ ਪ੍ਰਧਾਨ ਮੰਤਰੀ ਮੋਦੀ ਪਿਛਲੇ 10 ਸਾਲ 'ਚ ਭਾਰਤ 'ਚ ਵਿਕਾਸ ਲਿਆਏ ਨੇ, ਅਤੇ ਅਸੀਂ ਅੰਮ੍ਰਿਤਸਰ ਵਾਲੇ ਉਹਨੂੰ ਮਿਸ ਕਰ ਗਏ ਹਾਂ। ਇਹ ਜਿਹੜੀਆਂ ਇੱਥੇ ਪਰਿਸਥਿਤੀਆਂ ਨੇ ਕਾਨੂੰਨ ਦੀਆਂ, ਆਪਣੇ ਕਾਨੂੰਨੀ ਵਿਵਸਥਾ ਦੀਆਂ, ਸਾਡੇ ਇੱਥੇ ਡਰੱਗਸ ਦੀਆਂ, ਹੋਰ ਇੱਥੇ ਗੰਦਗੀ ਦੀਆਂ, ਪਾਣੀ ਸੀਵਰੇਜ ਦੀਆਂ, ਅਤੇ ਸਭ ਤੋਂ ਅੱਗੇ ਪ੍ਰੋਡਕਟਿਵਿਟੀ, ਇਨਕਮਾਂ, ਅਤੇ ਸਾਡੀ ਜਿਹੜੀ ਡਿਵੈਲਪਮੈਂਟ ਹੈ ਉਹ ਥੱਲੇ ਜਾ ਰਹੀ ਆ। ਕਿਸੇ ਵੀ ਇੰਡੈਕਸ ਨੂੰ ਤੁਸੀਂ ਲੈ ਲਓ, ਕਿੱਥੇ ਅੰਮ੍ਰਿਤਸਰ ਹੁੰਦਾ ਸੀ ਅਤੇ ਪਿਛਲੇ 8 ਸਾਲ 'ਚ ਹੁਣ ਕਿੱਥੇ ਪਹੁੰਚ ਗਿਆ। ਹੁਣ ਟਾਈਮ ਆ ਗਿਆ, ਆ ਜਿਹੜਾ ਤੁਸੀਂ ਸਭ ਕੁਝ ਦੇਖਿਆ, ਅੰਮ੍ਰਿਤਸਰ ਦੀ ਜਨਤਾ ਡਿਵੈਲਪਮੈਂਟ ਨਾਲ ਕਮਿਟਡ ਆ, ਅਤੇ ਮੈਂ ਉਹਨਾਂ ਨੂੰ ਅੰਮ੍ਰਿਤਸਰ 'ਚ ਡਿਵੈਲਪਮੈਂਟ ਲੈ ਕੇ ਆਵਾਂਗਾ। ਇਸ ਤਰ੍ਹਾਂ ਆ ਕਿ ਅਸੀਂ ਅੰਮ੍ਰਿਤਸਰ ਲਈ ਇੱਥੋਂ ਕਲੀਅਰ ਵਿਜ਼ਨ ਕੀਤੀ ਆ। ਵਿਜ਼ਨ ਡਾਕੂਮੈਂਟ ਦੇਖ ਲਿਓ ਅਤੇ ਸਾਡੇ ਓਪੋਨੈਂਟ ਦਾ ਦੇਖ ਲਓ, 1917 'ਚ ਕੀ ਕਿਹਾ ਸੀ, ਕੀ ਅੱਜ ਤੱਕ ਅਚੀਵ ਕੀਤਾ ਆ। ਇਹ ਕੋਈ ਅਕਾਊਂਟੇਬਿਲਿਟੀ ਤੁਹਾਡੀ ਵੀ ਰਿਸਪੋਂਸੀਬਿਲਿਟੀ ਬਣਦੀ ਆ, ਜਰਾ ਪੁੱਛੋ ਕੀ ਕੀਤਾ। ਇੰਨਾ ਮੁਕਾਬਲਾ ਹੋ ਗਿਆ ਸਰ ਅੰਮ੍ਰਿਤਸਰ ਵਿੱਚ, ਤਿਕੋਣੀ ਮੁਕਾਬਲਾ ਹੋ ਗਿਆ, ਚੌ ਪੱਖੀ ਮੁਕਾਬਲਾ, ਦਿਲਚਸਪ ਹੋ ਗਿਆ, ਸਭ ਦੀਆਂ ਜਿਹੜੀਆਂ ਨਜ਼ਰਾਂ ਨੇ ਹੁਣ ਅੰਮ੍ਰਿਤਸਰ। ਇਸ ਤਰ੍ਹਾਂ ਆ, ਸਾਡਾ ਮੁਕਾਬਲਾ ਸਿਰਫ ਡਿਵੈਲਪਮੈਂਟ ਨਾਲ ਹੈਗਾ, ਅਤੇ ਉਹ ਅਸੀਂ ਜਿਹੜੀ ਮੈਂ ਪਹਿਲਾਂ ਵੀ ਡਿਲੀਵਰ ਕੀਤਾ ਆ ਆਪਣੀ ਅਮਰੀਕਾ ਵਾਲੀ ਰਾਜਦੂਤਸ਼ਿਪ 'ਚ, ਹੁਣ ਵੀ ਮੈਂ ਵਾਅਦਾ ਕਰਦਾ ਅਤੇ ਦਿਖਾਵਾਂਗੇ। ਦੇਖੋ, ਕਈ ਚੀਜ਼ਾਂ ਤਾਂ ਹੋਣੀਆਂ ਵੀ ਸ਼ੁਰੂ ਹੋ ਗਈਆਂ, ਪਤਾ ਨਹੀਂ ਤੁਸੀਂ ਧਿਆਨ ਰੱਖਿਆ ਕਿ ਨਹੀਂ। 850 ਕਰੋੜ ਸ਼ੁਰੂ ਹੋ ਗਿਆ। ਆਹ ਜਿਹੜੀ UAE ਦੀ ਸਭ ਤੋਂ ਵੱਡੀ ਕੰਪਨੀ ਆ, ਉਹ ਇੱਥੇ ਆਈ। ਉਹਨਾਂ ਨੇ ਕਿਹਾ ਅਸੀਂ ਆਪਣਾ ਇੱਥੇ ਕਲੈਕਸ਼ਨ ਅਤੇ ਲੌਜਿਸਟਿਕ ਸੈਂਟਰ ਅੰਮ੍ਰਿਤਸਰ ਖੋਲ੍ਹਣਾ। VFS ਨੇ ਕਿਹਾ ਕਿ ਅਸੀਂ ਆਪਣਾ ਸੈਂਟਰ ਅੰਮ੍ਰਿਤਸਰ 'ਚ ਖੋਲ੍ਹਣਾ ਆ। ਅਤੇ ਹੋਰ ਜਿਹੜੀ ਮੈਂ ਡਰੱਗਸ ਦੀ ਵੀ ਗੱਲ ਕੀਤੀ ਆ, ਜਿਹੜੀਆਂ ਦੋ ਸਹੀ ਦਵਾਈਆਂ ਨੇ ਜਿਹੜੀਆਂ ਦੁਨੀਆ ਭਰ 'ਚ ਕੰਮ ਕਰਦੀਆਂ ਨੇ, ਉਹ ਵੀ ਸਾਡੇ ਅਮਰੀਕਾ ਦੇ ਭਾਈਚਾਰੇ ਨੇ ਖਰੀਦ ਕੇ ਅੰਮ੍ਰਿਤਸਰ ਲਈ ਭੇਜ ਦਿੱਤੀਆਂ ਨੇ। ਅਤੇ ਤੁਸੀਂ ਕਿਸੇ ਵੀ ਆਧਾਰ 'ਚ ਦੇਖੋ, 10 ਸਕੋਲਰਸ਼ਿਪ NRI ਆਈ ਸੀ, 10 ਸਕੋਲਰਸ਼ਿਪ ਪਹਿਲਾਂ ਅਨਾਊਂਸ ਕੀਤੇ ਸੀ, ਕੱਲ੍ਹ ਸਿਲੈਕਟ ਵੀ ਕਰ ਲਏ। ਅਤੇ ਸਭ ਤੋਂ ਇੰਪੋਰਟੈਂਟ ਗੱਲ, ਆਹ ਜਿਹੜੀ ਡੰਪ ਦੀ ਪ੍ਰੋਬਲਮ ਹੈ, ਇਹਨਾਂ ਦੇ ਰਿਕੁਐਸਟ 'ਤੇ ਕੱਲ੍ਹ NRI ਇੱਥੇ ਆਏ ਸੀ, ਉਹਨਾਂ ਨੇ ਹੈਲਥ ਕੈਂਪ ਵੀ ਲਾਇਆ। ਅਤੇ ਅੱਗੇ ਜਿਹੜੀ ਟੈਕਨੋਲੋਜੀ ਚਾਹੀਦੀ ਆ, ਜੋ ਵੀ ਜ਼ਰੂਰਤ ਹੈ, ਉਹਨਾਂ ਨੇ ਵਾਅਦਾ ਕੀਤਾ ਆ ਕਿ ਅਸੀਂ ਡੰਪ ਅਤੇ ਇਹੋ ਜਿਹੀਆਂ ਹੋਰ ਇਨਵਾਇਰਮੈਂਟਲ ਇਹ ਚੀਜ਼ਾਂ
ਆਲਰੇਡੀ ਸ਼ੁਰੂ ਹੋ ਗਈਆਂ। ਇਹ ਧਿਆਨ ਰੱਖਦੇ ਨੇ ਕਿੱਥੇ ਕਿੱਥੇ ਮੈਂ ਜਾਂਦਾ ਹਾਂ ਅਤੇ ਉਹਦੇ ਨਾਲ ਹੀ ਉੱਥੇ ਕੰਮ ਸ਼ੁਰੂ ਕਰ ਦਿੰਦੇ। ਬਿਲਕੁਲ, ਜਿਨ੍ਹਾਂ ਨੇ ਘਫਲਾ ਕੀਤਾ, ਕਈ ਚੀਜ਼ਾਂ 'ਚ ਘਫਲਾ ਕੀਤਾ, ਨਸ਼ਿਆਂ 'ਚ ਘਫਲਾ ਕੀਤਾ, ਬਦਮਾਸ਼ੀ 'ਚ ਘਫਲਾ ਕਰ ਰਹੇ ਨੇ, ਤੁਹਾਨੂੰ ਪਤਾ ਕੀ ਕਰਦੇ ਫਿਰਦੇ ਨੇ। ਅਤੇ ਆਹ ਜਿਹੜਾ ਸੀਵਰੇਜ ਦਾ ਪਾਣੀ ਦਾ ਮਿਕਸ ਆ, ਕਹਿੰਦੇ ਸਮਾਰਟ ਸਿਟੀ ਅੰਮ੍ਰਿਤਸਰ 'ਚ ਬਣਾਉਣਾ ਆ, 2000 ਕਰੋੜ ਖਾ ਕੇ ਬਹਿ ਗਏ। ਪੂਰੀ ਇਨਕੁਆਇਰੀ ਕਰਾਂਗੇ ਜਿਨ੍ਹਾਂ ਨੇ ਵੀ, ਔਰ ਕੇਂਦਰ ਦੀ ਏਜੰਸੀ ਤੋਂ ਇਨਕੁਆਇਰੀ ਕਰਵਾਵਾਂਗੇ, ਜਿਨ੍ਹਾਂ ਨੇ ਵੀ ਇਹ ਆਪਣੀਆਂ ਜੇਬਾਂ 'ਚ ਪਾਇਆ ਆ, ਉਹਨਾਂ ਨੂੰ ਕੇਂਦਰੀ ਕਾਨੂੰਨ ਦੇ ਥੱਲੇ ਅੰਦਰ ਕਰਾਂਗੇ, ਲੇਕਿਨ ਨਾਲ ਇੱਥੇ ਕੰਮ ਵੀ ਕਰਾਂਗੇ। ਤਾਂ ਇਸ ਰੋਡ ਸ਼ੋਅ ਤੋਂ ਬਾਅਦ ਤਰਨਜੀਤ ਸਿੰਘ ਸੰਧੂ ਵਧੇਰੇ ਉਤਸ਼ਾਹਿਤ ਦਿਖਾਈ ਦੇ ਰਹੇ ਨੇ। ਹੁਣ ਆਖਰੇ ਨੇ ਇਸ ਵਾਰ ਅੰਮ੍ਰਿਤਸਰ ਦੇ ਲੋਕ ਜਿਹੜੇ ਨੇ ਉਹ ਭਾਜਪਾ ਦੇ ਹੱਕ ਵਿੱਚ ਫਤਵਾ ਦੇਣਗੇ ਅਤੇ ਜੋ ਵੀ ਅੰਮ੍ਰਿਤਸਰ ਦੇ ਕੰਮ ਨੇ ਉਹ ਲੋਕ ਸਭਾ ਵਿੱਚ ਜ਼ਰੂਰ ਕਰਵਾਉਣਗੇ। ਔਰ ਅੰਮ੍ਰਿਤਸਰ ਵਾਸਤੇ ਜਿਹੜੇ ਪ੍ਰੋਜੈਕਟ ਆਏ ਸੀਗੇ, ਜਿਨ੍ਹਾਂ ਪ੍ਰੋਜੈਕਟਾਂ ਵਿੱਚ ਖਾਮੀਆਂ ਰਹੀਆਂ ਨੇ, ਜਿਨ੍ਹਾਂ ਨੇ ਪੈਸੇ ਖਾਧੇ ਨੇ, ਉਹਨਾਂ ਦੇ ਖਿਲਾਫ਼ ਵੀ ਕਾਰਵਾਈ ਜ਼ਰੂਰ ਕੀਤੀ ਜਾਵੇਗੀ। ਕੈਮਰਾ ਪਰਸਨ ਗੋਪਾਲ ਦੇ ਨਾਲ ਸਿਕੰਦਰ ਪਸਰੀਜਾ, ਦੈਨਿਕ ਸਵੇਰਾ ਟੀਵੀ, ਅੰਮ੍ਰਿਤਸਰ। ਦੇਸ਼ ਦੁਨੀਆ ਕੀ ਹਰ ਖਬਰ ਸਬਸੇ ਪਹਿਲੇ ਦੇਖਨੇ ਕੇ ਲੀਏ ਫਾਲੋ ਕਰੇ ਦੈਨਿਕ ਸਵੇਰਾ ਟੀਵੀ ਯੂਟਿਊਬ, ਫੇਸਬੁੱਕ, ਇੰਸਟਾਗ੍ਰਾਮ, ਐਕਸ ਔਰ WhatsApp ਚੈਨਲ ਪਰ।